ज्ञानी डॉक्टर साहब सिंह होरां दी रचना पेश करती है डांडा सिंह इक्को रा सवल लड़ा ਪੈਂਦਾ
माड़ू अगले शहर की वड्डी मार्केट च बैठ के बोली लाते ने ते तेरे वर्गा आ छोटी जी दुकान च बैठा बिक जांदा ओ कौन बिक जांदा पोथियो ओ कोई नहीं बिकदा कदम से आ नाले अज कि तू ऐ थल्ले चपी ओ चार किलिया वास्ते सूरजमुखी दा बीज लैण गया सी भाई सड़े समान नु हथ लाई खड़िया आ दो किलिया दा ही लेके मुड़ाया ओ हले देखना सी अगे अगे हुंदा की आ इक बार बाहर दी कंपनियां आता जान दो पर ए बाहर दी कंपनियां आ किदा गईया अगले ने सदे आ पा इन्ना ने इन्ना ने पवा शराब दा पी के Yeah!
हमेशा मेरे उल्ट बोलते आखे तुम कमाई तो करते हो पर अपने हकों की नहीं लड़ते ना लड़न साडा केड़ा किसी ने पन्ना बढ़ लिया अगले पन्ने बढ़ने की लड़ की है तो खेती सारे कम से देखिया इतना फिर उठ गया और साढ़े खेतों से कब्जा करने वाला केड़ा जम पिया अपना अपने जत्थे नूं जर्मन भेजना है। तुसीं सच कह रहे हो? ते होर की? पर बापू जी
जा सकता जर्मन तो क्यों नहीं जा सकता मैं इतने रह के अपने लोगों वास्ते कुछ करना चाहूंगा और तो तुझे मुतरी पसंद है और लोग दस गया बाहर जाने को ते इतने मैं तेन भेजना चाहना ते तू होर ही पिछिया गल करता है नहीं जा सकता बार ताकि मैं सारी उम्र खेत लड़ाई जाऊँ की मौत पैदा तेन बापू जी देश रखा मौसम है जेकर चंगा हो चंगा नहीं किसी बदलना पता है बदलेगा कोशिश जरूर करूंगा जय
ਚਾਚੀ ਦਾ ਬਸ ਚੂਨੀ ਪੁਰੀ ਹੈ ਇਹ ਚੂਨ ਕਈ ਚੱਲਣ ਨਾਲ ਲੜ ਕੇ ਹੋ ਜੂਗੀ ਘਰ ਕਿਨੇ ਨੂੰ ਸਹੀ ਦੁਸ਼ਮਣ ਦੀ ਪਛਾਣ ਕਰਕੇ ਉਹ ਕਹਿੰਦੇ ਬੱਗਾ ਲੀਡਰ ਐਵੇਂ ਲੱਚਣਾ ਚਾਹ ਕਿਹੜੇ ਸਹੀ ਦੁਸ਼ਮਣ ਦੀ ਪਛਾਣ ਕਰਦੇ ਤੁਸੀਂ ਆ ਬੱਚੇ ਲੜ ਲੜ ਕੇ ਤਾਂ ਭੱਜੀ ਜਾਂਦੇ ਹੋ ਆਖੇ ਮੁਲਕ ਨੂੰ ਰੂਸ ਵਰਗਾ ਬਣਾਉਣਾ ਭੰਡੇ ਚ ਪੜ ਗਿਆ ਤੁਹਾਡਾ ਰੂਸ 50 ਸਾਲ ਦੀ ਉਮਰੇ ਮੇਰੀ ਤੇ ਇੰਨੇ ਸਾਲਾਂ ਤੋਂ ਮੈਂ ਸਿਰਫ ਲੈਕਚਰ ਸੁਣਿਆ ਤੇ ਸਭ ਤੋਂ ਸੋਹਣਾ ਲੈਕਚਰ ਦਿੰਦਾ ਤੇਰੇ ਕਮਰੇ ਬਾਪੂ ਜੂਨ ਸਾਲ ਨੇ ਲੈਕਚਰ ਵਿੱਚ ਕਾਲ ਕਰਨੇ ਪੈਂਦੇ ਆ ਓ ਮੈਨੂੰ ਸੱਜਾ ਉੱਤੇ ਲੈਕਚਰ ਵਿੱਚ ਕਾਲ ਇੰਨੇ ਸਾਲ ਹੋ ਗਏ ਲੈਕਚਰ ਦਿਆਂ ਹੋਰ ਪਤਾ ਨਹੀਂ ਕੀ ਨਜ਼ਰ ਲੱਗ ਜੂਗਾ ਕਮਰੇ ਚ ਜੀ ਚੱਕੇ ਬਾਕਸ ਸਰਕਾਰ ਨੇ ਦਿੱਲੀ ਦਾ ਨਾ ਤੇ ਫੋਰਸ ਲੈ ਕੇ ਆਪਾਂ ਹੋਰ ਸਭ ਕਾਲ ਕਰ ਰਹੇ ਹਾਂ ਚਲੋ ਸਾਥੀ ਮੈਂ ਬਾਪੂ ਨਾਲ ਲੈ ਕੇ ਛੇਤੀ ਪਹੁੰਚਦਾ ਓਏ ਹੁਣ ਤੂੰ ਫੋਰਸ ਦਾ ਮੁਕਾਬਲਾ ਕਰੇਗਾ ਬੱਗਿਆ ਲੀਡਰ ਉਹ ਤੈਨੂੰ ਕੋਈ ਲੋੜ ਨਹੀਂ ਚਾਹੁੰਦੀ ਤੇਰਾ ਬਾਹਰ ਦਾ ਪ੍ਰੋਗਰਾਮ ਬੰਦ ਹੈ ਨਹੀਂ ਕੋਈ ਸਾਡੇ ਪਿੰਡ ਲੱਗ ਜੂ ਨਹੀਂ ਬੀਬੀ ਮੈਂ ਇਸ ਤਰ੍ਹਾਂ ਕਿਵੇਂ ਕਰ ਸਕਦਾ ਆਪਣੇ ਸਾਥੀਆਂ ਨਾਲ ਜਾਂ ਕੋਈ ਧੋਖਾ ਦੇ ਦੇਣਗੇ ਫਿਰ ਜਿੱਤ ਕਿਵੇਂ ਹੋ ਮੋਡਰਨ ਦਾ ਨਸੀਬ ਕਰੇ ਇਹਨੇ ਨਹੀਂ ਮੰਨਣੀ ਆਪਣੀ ਕੋਈ ਵੀ ਗੱਲ ਉਹ ਜਿਹੜਾ ਇਹ 15 ਦਿਨਾਂ ਬਾਅਦ ਧਰਨੇ ਤੇ ਜਾਂਦਾ ਨਾ ਸਾਰੀ ਉਹਦੀ ਖੇਡ ਵਿਗਾੜੀ ਹੈ ਮੈਂ ਜਾ ਰਿਹਾ ਬੀਬੀ ਸ਼ਹਿਰ ਦੇ ਮੁਲਾਕਾ ਕੋਈ ਲੋੜ ਨਹੀਂ ਮੁੰਨ ਦੀ ਉੱਥੇ ਰਹੀ ਜਾਂਦੇ ਸਾਥੀਆਂ ਕੋਲ ਤੇ ਗੱਲ ਸੁਣਨਾ ਕੰਨ ਖੋਲ ਕੇ ਜੇ ਅੱਜ ਤੋਂ ਬਾਅਦ ਮੀਟਿੰਗ ਲਈ ਕਮਰੇ ਡਾਂਡ ਕਰੇ ਸੱਦੇ ਤਾਂ ਬਿੱਟਰ ਛੱਡ ਤੂੰ ਸਾਰੇ ਦੇ ਬਾਪੂ ਤੈਨੂੰ ਸਿਰਫ ਲੈਕਚਰ ਦੇਣ ਵਾਲਾ ਨਾਲ ਜਿਹੜਾ ਨਾ ਤੇਰਾ ਪੁੱਤ ਸਿਰਫ ਲੈਕਚਰ ਨਹੀਂ ਦਿੰਦਾ ਕੁਝ ਕਰਦਾ ਵੀ ਹੈ ਤੇ ਮੈਂ ਕੁਝ ਨਾ ਕੁਝ ਜ਼ਰੂਰ ਕਰਾਂਗਾ ਤੇਰੀ ਜੂਨਸ ਧਾਰਨ ਲਈ ਮੇਰਾ ਦਾਵਾ ਹੈ ਬਾਪੂ ਕਿ ਤੂੰ ਆਪਣੇ ਪੁੱਤ ਤੇ ਮਾਣ ਕਰੇਂਗਾ ਜਸਨ
हो गया करम सिंह बाहर निकल गए थे अभी मौत के उड़े हजारों साथी।